कृपा निधान जगद गुरु हे संसार ताप हरण है करुणा में सब दुख हरो हे शरण जोग दयाल है दीनानाथ मया करो शरीर स्वस्थ क्षीण समय सिमरंत नानक राम दामोदर माधव परम सन्मान्यवर साहिबे कमाल बारगाहे इनायत के मालक तन तन गुरुदेव गुरु ग्रंथ साहिब जी दे पावन दर तो नवाजिया होया हिरदा सन्मानिया होया हिरदा श्रीमान संत बाबा प्रताप सिंह जी दी पावन प्रेरणा दा सदका पुच्छो वाले महापुरखां दी पावन प्रेरणा दा सदका गुरु ग्रंथ साहब जी दे चरण कमलां दी मुबारक हाजरी भर रही गुरु प्यारी साध संगत श्री गुरु नानक देव जी दे चरण कमलां दा ध्यान करदिआं गुरु के मुबारक फतेह राही सांझ बनाईए वाहिगुरु जी का खालसा वाहिगुरु जी की फतेह। लंबा सफर करके सवेरे तो आप जी दे चरणा च हाजिर होए हाँ। उम्मीद नहीं सी कि कंठ साथ देवेगा पर फिर भी माननीय ज्ञानी त्रिलोक सिंह जी दे बोलां विच जोश देख के गुरु बख्श सदका थोड़ा जिहा कंठ ठीक चल गया पर आप वालों फतेह का जवाब बड़ा ढिला ही प्राप्त होया। एक बारी फिर तो फतेह की खेचल दे रहे हैं वाहिगुरु जी का खालसा वाहिगुरु जी की फतेह। बड़े महान बोल ज्ञानी त्रिलोक सिंह जी यूके वालिया ने आप जी की झोली च पाए हैं। भाई साहब भाई गुरदास जी दे बोल सिद्ध बोलन शुभ बचन तन नानक तेरी वड्डी कमाई वड्डा पुरख प्रगटिया कलयुग अंदर जोत जगाई। श्री गुरु नानक देव महाराज जी दी वड्याई गुरु ग्रंथ साहब जी दी महिमा जद देखदे आ जैसे रोशनी सारे घर विच फैल जांदी है घर नूं चानण देंदी है सूरज दी रोशनी सारिआं वास्ते घर घर पहुंच जांदी है इस तरह गुरु ग्रंथ साहब महाराज जी दी सांझी वालता गुरु ग्रंथ साहब जी दी बरकत हर मनुख दे हिरदे तक इको जी पहुंच जांदी है। ये बरकत सब दी झोली च पै जांदी संसार ते जद तो संसार होंद विच आया बड़े कीमती पूजनीक पुरख होए ने और उन्होंने अपने आत्मक विचार अपने जीवन दियां गहराइयां ते अनुभव अपने अपने ग्रंथां च लिखे हन। पर जिस तरह की सांझीवालता जिस तरह की मनुखता का पैगाम रब्बी रस का सोमा
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਗਤ ਦੀ ਝੋਲੀ 'ਚ ਪਾਇਆ ਹੈ, ਇਸ ਤਰ੍ਹਾਂ ਦਾ ਹੋਰ ਕੋਈ ਦਿਖਾਈ ਨਹੀਂ ਪੈਂਦਾ, ਜੋ ਬਰਕਤ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਬਾਣੀ ਦੀ ਸਮਝ, ਬਾਣੀ ਦੀ ਵਿਚਾਰ, ਬਾਣੀ ਜੈਸਾ ਜੀਵਨ ਬਣਨਾ ਬੜੀ ਵੱਡੀ ਅਤੇ ਮਹਾਨਤਾ ਵਾਲੀ ਗੱਲ ਹੈ। ਪਰ ਜੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਨੂੰ ਹੀ ਦੇਖੀਏ ਨਾ, ਤਾਂ ਸਾਰੇ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਨਾਲ ਸੰਬੰਧਿਤ ਰਾਗ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਨੇ। ਮੈਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੇ ਵਿੱਚ ਅੱਜ ਸਿੱਖ ਜਗਤ ਦੀ ਅਜ਼ੀਮ ਤਰੀਨ ਸ਼ਖਸੀਅਤ, ਜਿਨ੍ਹਾਂ ਨੇ ਬੜਾ ਲੰਬਾ ਸਮਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ, ਜਿਸ ਦੇ ਦਰਸ਼ਨ ਅਤੇ ਇਸ਼ਨਾਨ ਦੀ ਮੰਗ ਹਰ ਸਿੱਖ ਸਵੇਰੇ ਨਿਤਨੇਮ ਸ਼ਾਮੀ ਰਹਿਰਾਸ ਦੇ ਪਾਠ ਤੋਂ ਬਾਅਦ ਅਰਦਾਸ ਵਿੱਚ ਕਰਦਾ ਹੈ, ਬੜਾ ਲੰਬਾ ਸਮਾਂ ਮੁੱਖ ਅਰਦਾਸੀਏ ਦੀ ਸੇਵਾ ਜਿਨ੍ਹਾਂ ਨੂੰ ਪ੍ਰਾਪਤ ਹੋਈ ਰਹੀ, ਅਤੇ ਕੋਈ 51 ਸਾਲ ਲਗਾਤਾਰ ਸ਼੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਸਾਹਿਬ, ਅਤੇ 9 ਸਾਲ ਲਗਭਗ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਤੌਰ 'ਤੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਪੰਥ ਦੀ ਸੇਵਾ ਕੀਤੀ ਹੈ, ਔਰ ਆਖਰੀ ਸਵਾਸ ਤੱਕ ਗੁਰੂ ਦੀ ਸੇਵਾ ਦੀ ਪ੍ਰਾਰਥਨਾ ਗੁਰੂ ਚਰਨਾਂ 'ਚ ਕੀਤੀ ਹੋਈ ਹੈ ਸਮਰਪਿਤ ਹਿਰਦਾ। ਗੁਰਬਾਣੀ ਵਿਆਕਰਨ ਦੇ ਮਹਾਨ ਵੇਤਾ ਸ਼੍ਰੀਮਾਨ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਹਿਬ ਜਥੇਦਾਰ ਸਾਬਕਾ ਸ਼੍ਰੀ ਅਕਾਲ ਤਖਤ ਸਾਹਿਬ ਬਿਰਾਜਮਾਨ ਨੇ, ਗਿਆਨੀ ਤ੍ਰਿਲੋਕ ਸਿੰਘ ਜੀ ਮਹਾਂਪੁਰਖ ਬੈਠੇ ਨੇ, ਔਰ ਬੜੀਆਂ ਦਿਵਯ ਹਸਤੀਆਂ ਵੀਰਾਂ ਵਿੱਚ ਅਤੇ ਭੈਣਾਂ ਵਿੱਚ ਸੰਗਤ ਰੂਪ ਵਿੱਚ ਬਿਰਾਜਮਾਨ ਨੇ। ਆਪ ਦੇਖੋਗੇ ਵੱਖ ਵੱਖ ਇਲਾਕਿਆਂ ਦੇ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਣਾਏ ਹੋਏ ਨੇ। ਜੈਸੇ ਗੁਜਰਾਤ ਦੇਸ਼ ਵਿੱਚ ਪੈਦਾ ਹੋਇਆ ਗੁਜਰੀ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਤਾਂ ਕਿ ਸੰਗੀਤ ਦੇ ਮਾਧਿਅਮ ਦੇ ਨਾਲ ਹੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬਰਕਤ ਰਾਹੀਂ ਪਰਮਾਤਮਾ ਨਾਲ ਜੁੜ ਜਾਏ। ਇਸੇ ਤਰ੍ਹਾਂ ਸੌਰਾਸ਼ਟਰ ਦਾ ਸੋਰਠ ਰਾਗ ਮੌਜੂਦ ਹੈ, ਸੂਫੀਆਂ ਦਾ ਪ੍ਰਿਯ ਰਾਗ ਤਿਲੰਗ, ਇਹ ਸੂਫੀ ਸੰਤਾਂ ਦਾ ਰਾਗ। ਅਰਬ ਦੇਸ਼ਾਂ ਵਿੱਚ ਸੂਫੀ ਸੰਤ ਇਸ ਰਾਗ ਨੂੰ ਗਾ ਕੇ ਖੁਦਾ ਦੀ ਪ੍ਰਸਤਿਸ਼ ਕਰਦੇ ਸਨ। ਸਤਿਗੁਰੂ ਜੀ ਦੇ ਵੀ ਜਿਹੜੇ ਪਰਸੀਅਨ ਨੁਮਾ ਸ਼ਬਦ ਨੇ ਉਹ ਇਸੇ ਰਾਗ ਵਿੱਚ ਨੇ, ਯਾ ਕਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਇਤਿਆਦਕ ਜਿਹੜੇ ਸ਼ਬਦ ਨੇ ਉਹ ਤਿਲੰਗ ਰਾਗ ਵਿੱਚ ਨੇ, ਕਬੀਰ ਜੀ ਦੇ ਵੀ ਮੌਜੂਦ ਨੇ। ਫਿਰ ਇਸ ਉੱਤਰਾਖੰਡ ਇਲਾਕੇ ਦਾ ਰਾਗ ਰਾਮਕਲੀ, ਜੋ ਯੋਗੀਆਂ ਦਾ ਪ੍ਰਿਯ ਰਾਗ ਸੀ, ਯੋਗੀ ਲੋਕ ਇਸ ਰਾਗ ਵਿੱਚ ਆਪਣੇ ਮਨ ਦੇ ਵਲਵਲੇ ਗਾ ਕੇ ਪ੍ਰਗਟ ਕਰਦੇ ਸਨ। ਸਤਿਗੁਰੂ ਜੀ ਨੇ ਇਹਨਾਂ ਵੱਖ ਵੱਖ ਰਾਗਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦਿੱਤਾ ਹੈ, ਤਾਂ ਕਿ ਸਾਰੇ ਇਲਾਕਿਆਂ ਨੂੰ ਸਾਂਝੀਵਾਲਤਾ ਦਾ ਪੈਗਾਮ ਦਿੱਤਾ ਜਾ ਸਕੇ ਔਰ ਹਰ ਮਨੁੱਖ ਪਰਮਾਤਮਾ ਨਾਲ ਜੁੜ ਸਕੇ। ਇਹ ਕਮਾਈ ਬਹੁਤ ਵੱਡੀ। ਫਿਰ ਮੈਂ ਅਰਜ਼ ਕਰਾਂ, ਆਪ ਸਾਰੇ ਸਿਆਣੇ ਪੁਰਖ ਬੈਠੇ ਹੋ, ਅਗਰ ਛੇ ਗੁਰੂ ਜਾਮਿਆਂ ਦੀ ਹੀ ਕੇਵਲ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੁੰਦੀ ਤੇ ਤਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੁਕੰਮਲ ਸਨ, ਕੋਈ ਅਧੂਰਾਪਨ ਨਹੀਂ ਸੀ, ਕੋਈ ਕਮੀ ਨਜ਼ਰ ਨਹੀਂ ਆਉਂਦੀ। ਛੇ ਜਾਮਿਆਂ ਚੋਂ ਵੀ ਸਿਰਫ ਗੁਰੂ ਨਾਨਕ ਦਾ ਪਹਿਲਾ ਜਾਮਾ ਹੀ ਬਾਣੀ ਉਚਾਰਨ ਕਰਦਾ, ਬਾਕੀ ਜਾਮੇ ਨਾ ਵੀ ਉਚਾਰਨ ਕਰਦੇ ਤਾਂ ਵੀ ਇਹ ਬਾਣੀ ਮੁਕੰਮਲ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਦੇਵ ਮੁਕੰਮਲ ਸਨ,
ਪਰ ਕਿਉਂ ਵੱਖ ਵੱਖ ਇਲਾਕਿਆਂ ਦੇ ਦੂਰ ਦਰਾਜ ਦੇ ਭਗਤਾਂ ਦਾ ਕਲਾਮ ਸ਼ਾਮਿਲ ਕੀਤਾ ਤਾਂ ਕਿ ਸਾਂਝੀ ਵਾਲਤਾ ਹੋਰ ਵੱਡੀ ਹੋ ਸਕੇ, ਸਾਰੇ ਆ ਕੇ ਨਾਲ ਬੈਠ ਸਕਣ ਔਰ ਜੁੜਨਾ ਹੋ ਸਕੇ। ਇਸ ਲਈ ਬਾਬਾ ਫਰੀਦ ਜੀ ਦੇ ਬੋਲ ਵੀ ਮੌਜੂਦ ਨੇ ਔਰ ਇਸ ਤਰ੍ਹਾਂ ਦੋ ਅਤ ਨੀਵੀਂ ਕਿਰਤ ਕਰਕੇ ਜਾਣੇ ਜਾਣ ਵਾਲੇ ਭਗਤ ਸਦਨਾ ਜੀ ਜੋ ਕਸਾਬ ਦੀ ਕਸਾਈ ਦੀ ਕਿਰਤ ਕਰਦੇ ਸਨ, ਪਸ਼ੂਆਂ ਦਾ ਮਾਸ ਕੱਟ ਕੇ ਵੇਚਣਾ ਜਿਨ੍ਹਾਂ ਦੀ ਕਿਰਤ ਵਿੱਚ ਸ਼ਾਮਿਲ ਸੀ। ਜਦ ਪਰ ਬ੍ਰਹਮ ਪਰਮੇਸ਼ਵਰ ਦਾ ਚਿਰਾਗ ਅੰਦਰ ਜਲਿਆ, ਪ੍ਰਭੂ ਜੋਤ ਅੰਦਰ ਜਲੀ ਅਤੇ ਉਸ ਜਲਕ ਜਲਦੇ ਹੋਏ ਹਿਰਦੇ 'ਚੋਂ ਪ੍ਰਜਵਲਿਤ ਹੋਏ, ਰੋਸ਼ਨ ਹੋਏ ਹਿਰਦੇ 'ਚੋਂ ਜੋ ਜਗਤ ਨੂੰ ਰੋਸ਼ਨੀ ਦੇਣ ਵਾਲੇ ਬੋਲ ਪ੍ਰਗਟ ਹੋਏ ਉਹ ਸਤਿਗੁਰੂ ਜੀ ਨੇ ਬਾਣੀ 'ਚ ਦਰਜ ਕੀਤੇ ਨੇ। ਅਤੇ ਬਨਾਰਸ ਦਾ ਇਲਾਕਾ ਜਿੱਥੇ ਰਵਿਦਾਸ ਜੀ ਮਹਾਰਾਜ ਨਿਵਾਸ ਕਰਦੇ ਸਨ, ਸਮਾਜ ਵਿੱਚ ਉਹਨਾਂ ਦਾ ਕੋਈ ਰੁਤਬਾ ਨਹੀਂ ਸੀ, ਕੋਈ ਮਾਣ ਸਨਮਾਨ ਨਹੀਂ ਸੀ, ਕੋਈ ਲਾਗੋਂ ਦੀ ਲੰਘਦਾ ਸੀ ਅਤੇ ਦੇਖ ਕੇ ਕਿ ਇਸ ਦਾ ਪਰਛਾਵਾਂ ਵੀ ਮੇਰੇ 'ਤੇ ਨਾ ਪੈ ਜਾਏ, ਮਰੇ ਹੋਏ ਪਸ਼ੂਆਂ ਨੂੰ ਚੁੱਕ ਕੇ ਲੈ ਜਾਣਾ, ਉਹਨਾਂ ਦਾ ਮਰਿਆ ਹੋਇਆ ਸਰੀਰ ਪ੍ਰੋਸੈਸ ਕਰਨਾ, ਚਮੜਾ ਆਦਿਕ ਉਤਾਰ ਕੇ ਉਹਨਾਂ ਤੋਂ ਅੱਗੇ ਸਮਾਨ ਤਿਆਰ ਕਰਨਾ, ਇਹ ਕਿਰਤ ਸੀ ਰਵਿਦਾਸ ਜੀ ਦੀ। ਪਰ ਕਮਾਲ ਦੀ ਗੱਲ ਹੈ, ਜਦ ਪ੍ਰਭੂ ਪ੍ਰੇਮ ਦਾ ਚਿਰਾਗ ਰਵਿਦਾਸ ਜੀ ਦੇ ਹਿਰਦੇ 'ਚ ਜਲਿਆ ਅਤੇ ਉੱਥੋਂ ਜੋ ਰੋਸ਼ਨੀ ਨੁਮਾ ਬੋਲ ਪ੍ਰਗਟ ਹੋਏ ਉਹਨਾਂ ਨੂੰ ਵੀ ਸਾਹਿਬ ਨੇ ਬਾਣੀ 'ਚ ਦਰਜ ਕੀਤਾ ਹੈ। ਇਹ ਵੱਡੀ ਕਮਾਈ ਹੈ ਗੁਰੂ ਨਾਨਕ ਦੇਵ ਜੀ ਦੀ। ਚਲੋ ਹੁਣ ਵਕਤ ਦਾ ਤਕਾਜ਼ਾ ਹੈ, ਮੈਂ ਜ਼ਿਆਦਾ ਖੁਲਾਸੇ ਵਿੱਚ ਨਹੀਂ ਜਾ ਸਕਦਾ ਕਿਉਂਕਿ ਮੈਨੂੰ ਪਤਾ ਹੈ ਵੀ ਟ੍ਰੇਨ ਜਾ ਕੇ ਪਕੜਨੀ ਹੈ, ਟ੍ਰੇਨ ਨੇ ਇੱਥੇ ਨਹੀਂ ਆਉਣਾ, ਸਾਨੂੰ ਹੀ ਉੱਥੇ ਜਾਣਾ ਪੈਣਾ। ਹੁਣ ਇਹ ਗੱਲ ਵੱਖਰੀ ਹੈ ਬਈ, ਸੰਤ ਮਹਾਰਾਜ ਸੰਤ ਬਾਬਾ ਆਨੰਦ ਸਿੰਘ ਜੀ ਦੀ ਕਿਰਪਾ ਅਸੀਸ ਸਦਕਾ ਕਲੇਰਾਂ ਵਾਲੇ ਮਹਾਂਪੁਰਖ ਜੋ ਗੁਰੂ ਨਾਨਕ ਵਿੱਚ ਅਭੇਦ ਹਿਰਦਾ ਸੀ, ਉਹਨਾਂ ਨੇ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ। ਬਾਬਾ ਈਸ਼ਰ ਸਿੰਘ ਜੀ ਨੂੰ ਕਲਕੱਤੇ ਦੇ ਮੁਕਾਮ ਕਿਸੇ ਪੁੱਛਿਆ ਸੀ ਬਈ ਤੁਹਾਡੀ ਮਰਿਆਦਾ ਕੀ ਹੈ, ਨਾਨਕ ਸਰ ਦੀ ਮਰਿਆਦਾ ਕੀ ਹੈ, ਅਤੇ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਹੋਰ ਕੋਈ ਮਰਿਆਦਾ ਸਾਡੀ ਨਹੀਂ ਹੈ, ਨਾਨਕ ਸਰ ਦੀ ਇੱਕੋ ਹੀ ਮਰਿਆਦਾ ਹੈ ਅਤੇ ਉਹ ਮਰਿਆਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾ, ਹੋਰ ਸਾਡੀ ਕੋਈ ਮਰਿਆਦਾ ਨਹੀਂ, ਕੋਈ ਸਾਡਾ ਵੱਖਰਾਪਨ ਨਹੀਂ। ਹੁਣ ਉਹਨਾਂ ਦੀ ਕਿਰਪਾ ਹੋ ਜਾਏ ਤਾਂ ਫਿਰ ਕਦੀ ਆਉਣ ਵਾਲੇ ਸਮੇਂ 'ਚ ਟ੍ਰੇਨ ਇੱਥੇ ਹੀ ਆ ਜਾਇਆ ਕਰੇ ਤਾਂ ਗੱਲ ਵੱਖਰੀ ਹੈ, ਹਾਲੇ ਤਾਂ ਸਾਨੂੰ ਹੀ ਉੱਥੇ ਜਾਣਾ ਪੈਣਾ। ਗੁਰੂ ਨਾਨਕ ਦੇਵ ਜੀ ਦੀ ਕਮਾਈ ਬਹੁਤ ਵੱਡੀ ਹੈ, ਬਰਕਤ ਬਹੁਤ ਵੱਡੀ ਹੈ, 20 ਰੁਪਿਆਂ ਦਾ ਚਲਾਇਆ ਹੋਇਆ ਲੰਗਰ ਕਦੀ ਥੁੜਿਆ ਹੀ ਨਹੀਂ, ਅੱਜ ਤੱਕ ਵੱਡਦਾ ਹੀ ਜਾਂਦਾ ਹੈ, ਵੱਧਦਾ ਹੀ ਜਾਂਦਾ ਹੈ। ਤੁਸੀਂ ਇਤਨੇ ਬੈਠੇ ਹੋ, ਸਮਾਗਮਾਂ ਵਿੱਚ ਸ਼ਾਮਿਲ ਹੁੰਦੇ ਰਹਿੰਦੇ ਹੋ, ਇੱਕ ਵੀ ਸਮਾਗਮ ਤੁਸੀਂ ਦੱਸੋ ਜਿਸ ਵਿੱਚ ਦਾਲ ਮੁੱਕ ਗਈ ਹੋਵੇ ਜਾਂ ਪ੍ਰਸ਼ਾਦੇ ਮੁੱਕ ਗਏ ਹੋਵਣ ਜਾਂ ਦੋ ਚਾਰ ਬੰਦਿਆਂ ਨੇ ਕੰਪਲੇਨ ਕੀਤੀ ਹੋਵੇ ਵੀ ਅਸੀਂ ਰੱਜੇ ਨਹੀਂ ਹਾਂ, ਭੁੱਖੇ ਹੀ ਜਾਂਦੇ ਪਏ ਹਾਂ, ਅੱਜ ਤੱਕ ਐਸਾ ਨਹੀਂ ਹੋਇਆ। ਅਤੇ ਮੈਂ ਅਰਜ਼ ਕਰਾਂ, ਹਰ ਮੁਸੀਬਤ ਵੇਲੇ ਗੁਰੂ ਨਾਨਕ ਦੇ ਸਿੱਖ, ਕਿਸੇ ਕੌਮ 'ਤੇ ਮੁਸੀਬਤ ਆ ਜਾਏ, ਕਿਸੇ ਇਲਾਕੇ 'ਤੇ ਮੁਸੀਬਤ ਆ ਜਾਏ, ਇਹ ਗੁਰੂ ਨਾਨਕ ਦੀ ਕਮਾਈ ਦਾ ਲੰਗਰ ਲੈ ਕੇ ਪਹੁੰਚ ਜਾਂਦੇ ਨੇ ਔਰ ਅੱਜ ਤੱਕ ਕਦੀ ਮੁੱਕਿਆ ਕੋਈ ਨਹੀਂ। ਇਹ ਪਿੱਛੇ ਜੇ ਜਦ ਕਸ਼ਮੀਰ ਵਿੱਚ ਸੈਲਾਬ ਆ ਗਿਆ ਸੀ ਨਾ, ਵੱਡੀ ਬਾੜ ਆ ਗਈ, ਦਵਾਈਆਂ ਦੇ ਲਾਲੇ ਪੈ ਗਏ, ਰੋਟੀ ਪਾਣੀ ਦੇ ਲਾਲੇ ਪੈ ਗਏ, ਸਰਕਾਰਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ, ਨਾ ਕੋਈ ਸੂਬਾ ਸਰਕਾਰ ਅਤੇ ਨਾ ਸੈਂਟਰ ਸਰਕਾਰ, ਉਹਨਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ, ਆਖਿਆ ਹੋਰ ਬੇੜੀਆਂ ਵਗੈਰਾ ਦੇ ਸਕਦੇ ਹਾਂ ਪਰ ਲੱਖਾਂ ਬੰਦਿਆਂ ਨੂੰ ਰੋਟੀ ਨਹੀਂ ਪਕਾ ਕੇ ਦੇ ਸਕਦੇ, ਪ੍ਰਸ਼ਾਦਾ ਬਣਾ ਕੇ ਨਹੀਂ ਦੇ ਸਕਦੇ। ਸਾਰਿਆਂ ਦੇ ਚੁੱਲ੍ਹੇ ਹੜ੍ਹ ਵਿੱਚ ਰੁੜ ਗਏ ਸਨ, ਮਕਾਨ ਰੁੜ ਗਏ, ਬੰਦੇ ਰੁੜ ਗਏ,
ਮਵੇਸ਼ੀ ਰੁੜ ਗਏ ਚੁੱਲ੍ਹਿਆਂ ਵਿੱਚ, ਉੱਥੇ ਪ੍ਰਸ਼ਾਦਾ ਕਿਵੇਂ ਬਣਨਾ ਸੀ? ਅਤੇ ਮੈਂ ਉਸ ਵੇਲੇ ਵੀ ਇਹ ਗੁਜ਼ਾਰਿਸ਼ ਕੀਤੀ ਸੀ, ਮੈਂ ਕਿ ਬੜੇ ਬੜੇ 5-star ਹੋਟਲ ਮੌਜੂਦ ਨੇ ਜਿਨ੍ਹਾਂ ਨੇ ਇੱਕ ਇੱਕ ਪ੍ਰਸ਼ਾਦਾ 250-250 ਦਾ ਵੇਚਿਆ, 300-300 ਦਾ, ਇੱਕ ਇੱਕ ਫੁਲਕਾ ਵੇਚਣ ਵਾਲੇ ਹੋਟਲ ਹੈਗੇ, ਬੜੀਆਂ ਬੜੀਆਂ ਵੱਡੀਆਂ ਇਮਾਰਤਾਂ ਫਲਕ ਬੋਸ ਉਹਨਾਂ ਨੇ ਬਣਾਈਆਂ ਨੇ, ਔਰ ਚੇਨ ਨੇ ਪੂਰੀਆਂ ਹੋਟਲ ਦੀਆਂ, ਇੱਕ ਅੱਧਾ ਹੋਟਲ ਨਹੀਂ, ਸੈਂਕੜੇ ਹੋਟਲਾਂ ਦੇ ਮਾਲਕ ਨੇ। ਪਰ ਮਨੁੱਖਤਾ ਦੇ ਇਸ ਦੁੱਖ ਵੇਲੇ, ਵਿਪਤਾ ਵੇਲੇ ਕਿਸੇ ਨੇ ਨਹੀਂ ਕਿਹਾ ਬਈ 10 ਦਿਨ ਅਸੀਂ ਰੋਟੀ ਪਕਾ ਕੇ ਭੇਜ ਦਿੰਦੇ ਹਾਂ, ਉਹਨਾਂ ਦਿਨਾਂ ਵਿੱਚ ਜੇ ਕੋਈ ਘਰ ਅੱਗੇ ਆਇਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਹਰ ਰੋਜ਼ ਲੰਬੇ ਸਮੇਂ ਤੱਕ 5 ਲੱਖ ਪਰੌਂਠਾ ਬਣ ਕੇ ਅਤੇ ਹਵਾਈ ਜਹਾਜ਼ਾਂ 'ਤੇ ਲੱਦ ਕੇ ਰੋਜ਼ ਪਹੁੰਚਦਾ ਰਿਹਾ ਸ੍ਰੀ ਦਰਬਾਰ ਸਾਹਿਬ ਤੋਂ। ਇਹ ਗੁਰੂ ਨਾਨਕ ਦੇਵ ਜੀ ਦੀ ਕਮਾਈ। ਇਹ ਗੁਰੂ ਨਾਨਕ ਦੇਵ ਜੀ ਦੀ ਬਰਕਤ ਹੈ। ਮੈਂ ਅਰਜ਼ ਕਰ ਰਿਹਾ ਸੀ ਕਿ ਛੋਟੀ ਜਿਹੀ ਗਾਥਾ ਕਹਿ ਕੇ ਨਾ ਮੈਂ ਆਪ ਕੋਲੋਂ ਖਿਮਾ ਪ੍ਰਾਰਥੀ ਆਵਾਂਗਾ। ਜਦ ਤੋਂ ਸੰਸਾਰ ਹੋਂਦ ਵਿੱਚ ਆਇਆ, ਵੱਡੇ ਵੱਡੇ ਮਹਾਂਪੁਰਖਾਂ ਦਾ ਆਗਮਨ ਇਸ ਧਰਤੀ ਦੇ ਜੀਵਾਂ ਦੇ ਭਾਗ ਜਗਾਉਣ ਲਈ ਹੁੰਦਾ ਰਿਹਾ, ਹੁਣ ਵੀ ਹੈਗੇ ਨੇ, ਅੱਗੋਂ ਵੀ ਆਉਂਦੇ ਰਹਿਣਗੇ। ਪਰ ਜਿਤਨਾ ਮਾਣ ਸੇਵਕ ਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਮਿਲਿਆ ਹੈ, ਇੰਨਾ ਮਾਣ ਸੇਵਕ ਨੂੰ ਹੋਰ ਕਿਧਰੇ ਨਹੀਂ ਮਿਲਿਆ। ਤੁਸੀਂ ਤ੍ਰੇਤੇ ਦੇ ਅਵਤਾਰੀ ਪੁਰਸ਼, ਸਾਡੇ ਦੇਸ਼ ਦੇ ਪੂਜਨੀਕ ਅਵਤਾਰ ਨੇ ਸ਼੍ਰੀ ਰਾਮ, ਉਹ ਸਵਾਮੀ ਦੇ ਰੂਪ 'ਚ ਨੇ, ਹਨੂੰਮਾਨ ਸੇਵਕ ਦੇ ਰੂਪ 'ਚ ਨੇ। ਆਪਣੇ ਪ੍ਰਾਣ ਹੋਲ ਕੇ, ਆਪਣਾ ਜੀਵਨ ਦਾਅ 'ਤੇ ਲਗਾ ਕੇ ਉਹਨਾਂ ਨੇ ਆਖਿਆ ਮੈਂ ਸੇਵਾ ਕਰਾਂਗਾ। ਪਰ ਸਵਾਮੀ ਦਾ ਅਤੇ ਸੇਵਕ ਦਾ ਇੱਕ ਫਰਕ ਬਣਿਆ ਰਿਹਾ। ਸ਼੍ਰੀ ਰਾਮ ਨਹੀਂ ਕਹਿ ਸਕੇ ਕਿ ਇਹ ਹਨੂੰਮਾਨ ਅਯੋਧਿਆ ਦਾ ਸਿੰਘਾਸਣ ਦਾ ਮਾਲਕ ਤੂੰ ਬਣ ਗਿਆ, ਨਹੀਂ ਕਹਿ ਸਕੇ। ਸੇਵਕ ਸੇਵਕ ਰਿਹਾ ਅਤੇ ਸਵਾਮੀ ਸਵਾਮੀ ਰਿਹਾ। ਦੁਆਪਰ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਅਤੇ ਉਹਨਾਂ ਦੇ ਸੇਵਕ ਅਰਜੁਨ, ਸ੍ਰੀ ਕ੍ਰਿਸ਼ਨ ਨਹੀਂ ਕਹਿ ਸਕੇ ਕਿ ਹੇ ਅਰਜੁਨ ਸਖਾ, ਇਹ ਮੋਰ ਮੁਕਟ ਮੈਂ ਤੇਰੇ ਸਿਰ 'ਤੇ ਰੱਖਣ ਲੱਗਾ, ਇਹ ਸ਼ਬਦ ਸੁਰੀ ਬਾਂਸੁਰੀ ਤੇਰੇ ਹੋਠਾਂ ਤੋਂ ਵੱਜਿਆ ਕਰੇਗੀ। ਸੇਵਕ ਦਾ ਅਤੇ ਸਵਾਮੀ ਦਾ ਇੱਕ ਫਰਕ ਬਣਿਆ ਰਿਹਾ। ਸੇਵਕ ਚਰਨਾਂ ਵਿੱਚ ਬੈਠਾ ਰਿਹਾ ਅਤੇ ਸਵਾਮੀ ਸਿੰਘਾਸਣ 'ਤੇ ਬੈਠਾ ਰਿਹਾ। ਪਰ ਸਮਾਂ ਗੁਰੂ ਨਾਨਕ ਦੇਵ ਜੀ ਦਾ ਆਇਆ, ਕਲਯੁੱਗ ਦਾ ਸਮਾਂ। ਕਲਯੁੱਗ ਦੇ ਗੁਰੂ ਪੁਰਸ਼ੋਤਮ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਕਰਤਾਰਪੁਰ ਦੀ ਗਾਥਾ ਹੈ, ਧਿਆਨ ਨਾਲ ਸਰਵਣ ਕਰਨਾ। ਪਰ ਮੈਂ ਆਪ ਨੂੰ ਸਰਵਣ ਕਰਾਵਾਂ ਪੇਸ਼ਤਰ, ਮੇਰਾ ਮਨ ਕਰਦਾ ਜਿਤਨੇ ਬੈਠੇ ਹੋ ਇੱਕ ਦਫ਼ਾ ਗੁਰੂ ਨਾਨਕ ਦੇਵ ਜੀ ਦਾ ਨਾਮ ਮੈਨੂੰ ਸਰਵਣ ਕਰਾਓ, ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਆਖੋ ਜੀ, ਭਾਈ ਲਹਿਣਾ ਜੀ ਨੇ ਗੁਰੂ ਨਾਨਕ ਗਰੀਬ ਨਿਵਾਜ਼ ਦੇ ਚਰਨਾਂ 'ਤੇ ਸਜਦਾ ਕੀਤਾ, ਮੱਥਾ ਆ ਟੇਕਿਆ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਖਿੜਖਿੜਾ ਕੇ ਹੱਸ ਪਏ। ਜਨਮ ਸਾਖੀ ਦੇ ਬੋਲ ਨੇ, ਮੇਰਾ ਮਨ ਕਰਦਾ ਜਿਵੇਂ ਇਹ ਬੋਲ ਆਏ ਨੇ ਉਸ ਤਰ੍ਹਾਂ ਆਪ ਨੂੰ ਸਰਵਣ ਕਰਾਉਣ ਦੀ ਪ੍ਰਸੰਨਤਾ ਹਾਸਲ ਕਰਾਂ। ਬਾਹਾਂ ਫੈਲਾ ਲਈਆਂ ਅਤੇ ਆਖਣ ਲੱਗੇ, ਅਹੋ ਵੈ ਲੈਣਿਆ ਤੈਂ ਕੋ ਖਬਰ ਆਹੇ, ਜੇ ਅੱਜ ਸਾਡੇ ਮਨੇ ਕੇ ਪਈ ਆਵਦੀ ਆਹੇ। ਅਤੇ ਭਾਈ ਲਹਿਣਾ ਜੀ ਨੇ ਦਸਤ ਬਸਤਾ ਗਰੀਬਾ ਨਿਵਾ ਕੇ, ਸੀਸ ਝੁਕਾ ਕੇ ਗੁਜ਼ਾਰਿਸ਼ ਕੀਤੀ ਕਿ ਅਹੋ ਵੇ ਬਾਬਾ, ਅਸਾਂ ਕੇ ਜਾਣੀਏ ਤੋ ਸਾਡੇ ਮਨੇ ਕੇ ਪਈ ਆਵਦੀ ਆਹੇ, ਪਰ ਅਸਾਂ ਕੋ ਇਤਨੀ ਖਬਰ ਆਹੇ ਤੋ ਸਾਡੇ ਮਨੇ ਜੋ ਆਵਦੀ ਆਹੇ ਸੋ ਭਲੀ ਆਵਦੀ ਆ। ਇਹ ਗੁਰਸਿੱਖੀ ਨੂੰ ਸਮਝਣ ਦਾ ਬੜਾ ਕੀਮਤੀ ਨੁਕਤਾ ਹੈ, ਬੇਸ਼ੁਮਾਰ ਕੀਮਤੀ ਨੁਕਤਾ ਹੈ। ਗੁਰੂ ਦੇ ਹਿਰਦੇ 'ਚ ਜੋ ਆਇਆ ਭਲਾ ਹੈ, ਜੋ ਕਿਸ ਕਰੇ ਸੋ ਭਲਾ ਕਰ ਮਾਨੀ ਹੈ,
ਹਿਕਮਤ ਹੁਕਮ ਚੁਕਾਈ ਹੈ। ਫਿਰ ਸਾਹਿਬ ਇਹ ਕਹਿਣ ਲੱਗੇ, ਵੇ ਲੈਣਿਆ ਤੂੰ ਜ਼ਿੰਦਗੀ ਸਗਲੀ ਅਸਾਂ ਕੋ ਮੱਥਾ ਟੇਕਦਾ ਰਹੇ ਆਹੇ, ਅਤੇ ਅੱਜ ਸਾਡਾ ਮਨ ਪਿਆ ਕਰੇ ਜੋ ਤੁਸਾਂ ਕੋ ਮੱਥਾ ਟੇਕੀਏ। ਔਰ ਸਾਹਿਬ ਨੇ ਸਾਰੇ ਜਗਤ ਦੇ ਦੇਖਦਿਆਂ ਹੋਇਆਂ ਆਪਣਾ ਸੀਸ ਆਪਣੇ ਸੇਵਕ ਦੇ ਚਰਨਾਂ 'ਤੇ ਰੱਖ ਦਿੱਤਾ, ਔਰ ਗੁਰੂ ਨਾਨਕ ਦੇਵ ਆਪਣੇ ਸੇਵਕ ਦੀਆਂ ਪਰਿਕਰਮਾ ਕਰਨ ਲੱਗ ਪਏ। ਇਹ ਬੋਲ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਨੇ, ਲਹਿਣੇ ਦੀ ਫੇਰਾਈ ਹੈ ਨਾਨਕਾ ਦੋਹੀ ਖੱਟੀ ਹੈ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਗੁਰ ਲਾਗਾ ਚੇਲੇ ਕੀ ਪਾਏ, ਅਤੇ ਲੋਕੀ ਆਖਣ ਲੱਗ ਪਏ ਹੋਰਿਓਂ ਗੰਗ ਵਹਾਈ ਹੈ, ਦੁਨਿਆਵੀ ਆਖੇ ਕੇ ਕੀ ਆਉਣ, ਇਹ ਬਾਬੇ ਨੇ ਤੇ ਪੁੱਠੀ ਗੰਗਾ ਵਗਾ ਦਿੱਤੀ। ਹਮੇਸ਼ਾ ਤੋਂ ਗੰਗਾ ਗੰਗੋਤਰੀ ਤੋਂ ਚੱਲ ਕੇ ਸਾਗਰ ਤੱਕ ਪਹੁੰਚਦੀ ਰਹੀ, ਕਿਉਂਕਿ ਉਹਦਾ ਮਰਕਜ਼ ਸਾਗਰ ਹੈ। ਇਹ ਪਹਿਲੀ ਵਾਰੀ ਹੋਇਆ ਜਦਕਿ ਬਰਕਤਾਂ ਦਾ ਮਹਾਨ ਸਾਗਰ ਗੁਰੂ ਨਾਨਕ ਦੇਵ ਮਹਾਰਾਜ ਖੁਦ ਉਛਲ ਕੇ ਆਪਣੇ ਸੇਵਕ ਦੇ ਹਿਰਦੇ ਤੱਕ ਆ ਗਿਆ, ਔਰ ਉਹਨਾਂ ਦਾ ਨਾਮ ਪਾਈ ਲੈਣਾ ਹੈ। ਸੇਵਕ ਗੰਗੋਤਰੀ ਤੱਕ, ਸਾਗਰ ਗੰਗੋਤਰੀ ਤੱਕ ਜਿਵੇਂ ਪਹੁੰਚ ਜਾਏ, ਕਦੀ ਨਹੀਂ ਸੰਸਾਰ 'ਤੇ ਇਹ ਹੋਇਆ ਪਰ ਗੁਰੂ ਆਪਣੇ ਸੇਵਕ ਦੇ ਚਰਨਾਂ ਤੱਕ ਪਹੁੰਚ ਗਿਆ, ਉਹ ਇਸ ਸੰਸਾਰ ਨੇ ਅੱਖਾਂ ਨਾਲ ਦੇਖਿਆ। ਸੇਵਕ ਦਾ ਅਤੇ ਸਵਾਮੀ ਦਾ ਫਰਕ ਮਿਟਾ ਦਿੱਤਾ। ਐਵੇਂ ਨਹੀਂ ਇਹਨਾਂ ਮਹਾਨ ਪੁਰਸ਼ਾਂ ਨੇ ਸਜਦਾ ਕੀਤਾ, ਉਹਨਾਂ ਆਪਣੀ ਦ੍ਰਿਸ਼ਟੀ ਨਾਲ ਗੁਰੂ ਨਾਨਕ ਦੀਆਂ ਪਰਿਕਰਮਾ ਮੱਕੇ ਨੂੰ ਕਰਦਿਆਂ ਦੇਖਿਆ ਹੋਵੇਗਾ, ਗੁਰੂ ਨਾਨਕ ਦੀ ਨਜ਼ਰ ਨਾਲ ਤਪਦੇ ਹੋਏ ਕੜਾਏ ਠੰਡੇ ਦੇਖੇ ਹੁੰਦੇ ਹੋਵਣਗੇ। ਇਸ ਲਈ ਮੈਂ ਅਰਜ਼ ਕਰਾਂ, ਐ ਰੇਠਾ ਸਾਹਿਬ ਤੇ ਤੁਸੀਂ ਆਪਣੇ ਅੱਖੀਂ ਦੇਖਿਆ ਹੈ, ਬਾਬੇ ਦੀ ਮਿਹਰ ਦੀ ਨਜ਼ਰ ਨਾਲ ਐਸਾ ਮਿੱਠਾ ਹੋਇਆ ਕਿ ਦੁਬਾਰੇ ਕੌੜਾ ਨਹੀਂ ਹੋ ਸਕਿਆ। ਸਾਰੀ ਦੁਨੀਆ ਦੇ ਰੇਠੇ ਕੌੜੇ ਨੇ, ਗੁਰੂ ਨਾਨਕ ਦੀ ਨਜ਼ਰ ਵਾਲਾ ਰੇਠਾ ਮਿੱਠਾ ਹੈ, ਤੁਹਾਡੇ ਕੋਲ ਹੀ ਹੈ, ਦੂਰ ਦੀ ਗੱਲ ਤੇ ਹੈ ਨਹੀਂ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਮੇਰੇ ਸਾਹਿਬ ਜੀ ਦੇ ਜੀਵਨ ਨੂੰ ਉਹਨਾਂ ਮਹਾਨ ਤਪੱਸਵੀ ਪੁਰਖਾਂ ਨੇ ਦੇਖਿਆ ਹੋਵੇਗਾ, ਇਸ ਕਰਕੇ ਸਜਦਾ ਕਰਦਿਆਂ ਹੋਇਆਂ ਚਰਨ ਚੁੰਮਦਿਆਂ ਹੋਇਆਂ ਕਿਹਾ ਹੋਵੇਗਾ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਇਹ ਸਾਂਝੀਵਾਲਤਾ ਦੀ ਜੋਤ, ਇਹ ਪ੍ਰਭੂ ਪ੍ਰੇਮ ਦੀ ਜੋਤ। ਅਗਰ ਕਿਸੇ ਰਹਿਬਰੀ ਪੁਰਖ ਨੇ ਸੰਸਾਰ 'ਤੇ ਆਪਣਾ 10 ਜਾਮਿਆਂ ਦਾ ਜੀਵਨ ਸਦਕੇ ਕਰਕੇ ਆਪਣਾ ਜੀਵਨ ਸੰਸਾਰ ਦੀ ਭੇਟ ਕਰਦਿਆਂ ਹੋਇਆ ਅਗਰ ਕਿਸੇ ਮਹਾਂਪੁਰਖ ਨੇ ਪ੍ਰਜਵਲਿਤ ਕੀਤੀ ਹੈ, ਤਾਂ ਉਸ ਮਹਾਂਪੁਰਖ ਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਸਾਹਿਬ ਮਿਹਰ ਭਰਿਆ ਹੱਥ ਸਿਰ 'ਤੇ ਰੱਖ ਕੇ ਸਾਰਿਆਂ ਨੂੰ ਨਿਵਾਜਣ। ਗੁਰੂ ਬਾਬੇ ਨੇ ਬਹੁਤ ਇਨਾਇਤ ਕੀਤੀ, ਬਖਸ਼ਿਸ਼ ਕੀਤੀ, ਇੱਕਦਮ ਹੀ ਅਨਜਲ ਦੇ ਕਰਕੇ, ਔਰ ਤੁਹਾਡੇ ਦਰਸ਼ਨ ਦੀ ਬਰਕਤ ਸਾਡੀ ਝੋਲੀ 'ਚ ਪੈਣੀ ਸੀ, ਜਿਸ ਕਰਕੇ ਇਹ ਸਮਾਗਮ ਬਾਬਾ ਪ੍ਰਤਾਪ ਸਿੰਘ ਜੀ ਨੇ ਇੱਕਦਮ ਹੀ ਬਣਾ ਲਿਆ। ਸਿੰਘ ਸਾਹਿਬ ਕਹਿ ਰਹੇ ਸੀ ਬੜਾ ਮੁਸ਼ਕਲ ਹੈ, ਮੈਨੂੰ ਵੀ ਬੜਾ ਮੁਸ਼ਕਲ ਸੀ, ਪਰ ਗਿਆਨੀ ਤਰਲੋਕ ਸਿੰਘ UK ਵਾਲੇ ਕਹਿਣ ਲੱਗੇ ਵੀ ਨਹੀਂ, ਹੁਣ ਉਹਨਾਂ ਨੇ ਕਿਹਾ ਹੈ ਅਤੇ ਹੁਣ ਆਪਾਂ ਜ਼ਰੂਰ ਪਹੁੰਚਣਾ, ਜਿਵੇਂ ਮਰਜ਼ੀ ਹੋਵੇ। ਸਤਿਗੁਰੂ ਨੇ ਐਸੀ ਖੇਡ ਬਣਾਈ ਵੀ ਸੀਟਾਂ ਵੀ ਆਉਣ ਜਾਣ ਦੀਆਂ ਕਨਫਰਮ ਮਿਲ ਗਈਆਂ, ਅਤੇ ਫਿਰ ਅਸੀਂ ਇਹੀ ਸਮਝਿਆ ਵੀ ਗੁਰੂ ਦੀ ਰਜ਼ਾ ਹੈ, ਗੁਰੂ ਦਾ ਹੁਕਮ ਹੈ, ਆਪ ਸਾਰਿਆਂ ਦੇ ਦਰਸ਼ਨ ਸਾਡੇ ਭਾਗ ਵਿੱਚ ਹੈਗੇ ਸਨ। ਗੁਰੂ ਮਿਹਰ ਕਰੇ ਅਤੇ ਸਾਨੂੰ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਸਮਝ ਵਿੱਚ ਆਏ। ਬਾਰੰਬਾਰ ਸ਼ਬਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਬਖਸ਼ ਦੇਣਾ। ਹੁਣ ਸਿੱਖ ਜਗਤ ਦੀ ਮਾਇਆ ਨਾਜ਼ ਸ਼ਖਸੀਅਤ, ਫਖਰੇ ਕੌਮ ਸ਼ਖਸੀਅਤ, ਮੈਨੂੰ ਯਾਦ ਹੈ 87-88 ਜਦ ਮਸਕੀਨ ਜੀ ਕੋਲੋਂ ਮੈਂ ਜਾਪ ਸਾਹਿਬ ਜੀ ਦੀ ਇੱਕ ਪੰਗਤੀ ਦਾ ਅਰਥ ਪੁੱਛਿਆ ਸੀ, ਰਤਲਾਮ ਦੀ ਗੱਲ ਹੈ, ਮੈਨੂੰ ਕਹਿਣ ਲੱਗੇ ਜੇ ਬਾਣੀ ਬਾਰੇ ਕੁਝ ਜਾਣਨਾ ਨਾਲ ਦੇ ਕਮਰੇ ਚਲਾ ਜਾ।
ਮੈਂ ਸੋਚਿਆ ਵੀ ਕਮਰਾ ਖਾਲੀ ਹੋਵੇਗਾ, ਉੱਥੇ ਕਹਿੰਦੇ ਨੇ ਬਹਿ ਕੇ ਪੜ੍ਹ ਵਿਚਾਰ, ਪਰ ਮੈਂ ਬਾਹਰੋਂ ਦੇਖਿਆ ਅਤੇ ਉੱਥੇ ਸਿੰਘ ਸਾਹਿਬ ਵੇਦਾਂਤੀ ਜੀ ਅਤੇ ਦੋ ਤਿੰਨ ਇਹਨਾਂ ਦੇ ਸੇਵਾਦਾਰ ਉੱਥੇ ਐਸਣ, ਮੈਂ ਬਾਹਰੋਂ ਹੀ ਵਾਪਸ ਆ ਗਿਆ। ਮੈਂ ਕਿਹਾ ਜੀ ਉਸ ਕਮਰੇ 'ਚ ਤਾਂ ਕੋਈ ਠਹਿਰੇ ਹੋਏ ਨੇ, ਮੈਂ ਉੱਥੇ ਜਾ ਕੇ ਕੀ ਕਰਾਂ। ਮੈਨੂੰ ਕਹਿਣ ਲੱਗੇ, ਹਾਂ ਤੈਨੂੰ ਉਹਨਾਂ ਕੋਲ ਹੀ ਭੇਜਿਆ, ਸਿੱਖ ਜਗਤ ਦੀ ਸਭ ਤੋਂ ਸਿਆਣੀ ਸ਼ਖਸੀਅਤ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਨੇ, ਉਹਨਾਂ ਕੋਲੋਂ ਬਾਣੀ ਬਾਰੇ ਕੁਝ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹੋ। ਇਸ ਗੱਲ ਦਾ ਪ੍ਰਾਊਡ ਹੈ ਬਈ ਅੱਜ ਆਪ ਜੀਆਂ ਵਿੱਚ ਮੌਜੂਦ ਨੇ, ਉਹਨਾਂ ਨੇ ਆਸ਼ੀਰਵਾਦ ਬਚਨ ਆਪ ਨਾਲ ਸਾਂਝੇ ਕਰਨੇ ਨੇ, ਫਿਰ ਉਸ ਤੋਂ ਬਾਅਦ ਸਾਰਾ ਅਗਲਾ ਪ੍ਰੋਗਰਾਮ ਚੱਲਦਾ ਰਹੇਗਾ। ਬਾਰੰਬਾਰ ਫਿਰ ਤੋਂ ਸਭ ਦਾ ਧੰਨਵਾਦ। ਇਹ ਮਹਾਂਪੁਰਖ ਵੀ ਪਹੁੰਚ ਗਏ, ਨਾਮ ਮੈਨੂੰ ਭੁੱਲ ਗਿਆ, ਬਾਬਾ ਅਮਰਜੀਤ ਸਿੰਘ ਜੀ, ਉਹਨਾਂ ਨੇ ਵੀ ਨਿਵਾਜਿਸ਼ ਕਰਨੀ ਹੈ, ਪਰ ਪੇਸ਼ਤਰ ਮਾਨੀਏ ਸਿੰਘ ਸਾਹਿਬ, ਆਪ ਸਾਰਿਆਂ ਨੇ ਉਹਨਾਂ ਕੋਲੋਂ ਪ੍ਰੇਮ ਸਹਿਤ ਸਰਵਣ ਕਰਨਾ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ।